ਦੱਸ ਦਿਓ ਮਾਨ ਸਾਹਿਬ ਕਿ ਤੁਹਾਨੂੰ ਠੰਡਾ ਕਰਨ ਲਈ ਕਿਹੜੇ ਰੰਗ ਦਾ ਸਰੂਪਾ ਪਾਇਆ ਜਾਵੇ ਤਾਂ ਜੋ ਪੰਜਾਬ ਦੀ ਪੰਜਾਬੀਆਂ ਦੀ ਇਹ ਕੌਮ ਦੀ ਤੁਸੀਂ ਕੂਲ ਜਨੂਰ ਜਿਹੜਾ ਉਹ ਬੋਲਣਾ ਅੜ ਜੋ ਕਿ ਇਸ ਮੁੱਦੇ ਨੂੰ ਤੁਸੀਂ ਧਾਰਮਿਕ ਰੰਗਤ ਦੇ ਕੇ ਜਿਹੜਾ ਪੰਜਾਬ ਦਾ ਹੀਰੋ ਸੀਗਾ ਸਿੱਖੀ ਰੋਸ਼ੀਦ ਭਗਤ ਸਿੰਘ ਉਹਦੇ ਤੋਂ ਧਿਆਨ ਭਟਕਾ ਕੇ ਤੁਸੀਂ ਕਿਸੇ ਹੋਰ ਨੂੰ ਹੀਰੋ ਬਣਾਉਣਾ ਚਾਹੁੰਦੇ ਹੋ ਲੋਕਾਂ ਨੂੰ ਵੰਡ ਕੇ ਬੱਚਿਆਂ ਕੋਲੋਂ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਆਪਣੇ ਲੈਟਰ ਪੈਡ ਦੇ ਉੱਤੇ ਚਿੱਠੀ ਬਣਾ ਕੇ ਦੇ ਦਿੰਦੇ ਉਹ ਬਾਹਰਲੇ ਮੁਲਕਾਂ 'ਚ ਪਨਾਹ ਲੈਣ ਦੀ ਤੇ ਬੱਚੇ ਤੇ ਪਲੱਸ 2 ਤੋਂ ਬਾਅਦ ਬਾਹਰ ਚਲੇ ਜਾਂਦੇ ਨੇ ਕਿ ਇੱਥੇ ਜਿਹੜੇ ਸੁਪਰੀਮ ਕੋਰਟ ਦੇ ਔਰ ਜੱਜ ਉਹ ਕਿੱਥੋਂ ਲੱਗਣੇ ਨੇ ਸਾਥੀਓ ਮੈਂ ਗੱਲ ਕਰਨ ਤੋਂ ਪਹਿਲਾਂ ਪੰਜਾਬੀਆਂ ਨੂੰ ਤੇ ਪੰਜਾਬ ਨੂੰ ਪਿਆਰ ਕਰਨ ਵਾਲਿਆਂ ਨੂੰ ਇੱਕ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਜਿਹੜੇ ਅਮਰਸਰ ਸ਼ਹਿਰ ਦੇ ਵਿੱਚ ਬੋਰਡ ਲਾਏ ਗਏ ਆ ਸ਼ਹੀਦ ਭਗਤ ਸਿੰਘ ਦੇ ਉਹ ਅਤੇ ਹਿੰਦੀ ਚ ਤੇ ਅਦੇ ਪੰਜਾਬੀ ਚ ਬਣਾ ਕੇ ਕਿਉਂ ਲਾਏ ਗਏ ਕਿਉਂਕਿ ਮੇਰੀ ਇਹ ਸੋਚ ਸੀਗੀ ਹੋ ਸਕਦਾ ਮੈਂ ਗਲਤ ਵੀ ਹੋਵਾਂ ਕਿ ਸਾਡਾ ਜਿਹੜਾ ਸ਼ਹਿਰ ਹੈ ਟੂਰਿਸਟ ਸਿਟੀ ਹੈ ਇਤਿਹਾਸਕ ਸ਼ਹਿਰ ਹੈ ਰੋਜ਼ਾਨਾ ਇੱਥੇ 50 ਤੋਂ 60 ਹਜ਼ਾਰ ਜਿਹੜਾ ਯਾਤਰੂ ਕਹਿ ਲੋ ਜਾਂ ਸ਼ਰਧਾਲੂ ਕਹਿ ਲੋ ਦੇਸ਼ ਦੇ ਕੋਨੇ-ਕੋਨੇ ਤੋਂ ਪੰਜਾਬ ਦੇ ਵਿੱਚ ਆਉਂਦੇ ਨੇ ਤਾਂ ਜੋ ਉਹ ਵੀ ਇਸ ਚੀਜ਼ ਨੂੰ ਪੜ ਸਕਣ ਤੇ ਸਮਝ ਸਕਣ ਹੋ ਸਕਦਾ ਜੇ ਇਹਦੇ ਹਿੰਦੀ ਲਿਖਣ ਦੇ ਨਾਲ ਕਈ ਬੋਡਾਂ ਦੇ ਉੱਤੇ ਕਿਸੇ ਦਾ ਦਿਲ ਦੁਖਿਆ ਤੇ ਮੈਂ ਕੋਈ ਡਾਕੜ ਵਾਲਾ ਬੰਦਾ ਨਹੀਂ ਮੈਂ ਉਹਨਾਂ ਲੋਕਾਂ ਕੋਲੋਂ ਮਾਫੀ ਮੰਗਦਾ ਵਾਂ ਮੇਰਾ ਕਿਸੇ ਦੇ ਮਨ ਨੂੰ ਵੀ ਠੇਸ ਪਹੁੰਚਾਉਣ ਦਾ ਕੋਈ ਜਿਹੜਾ ਇਸ਼ੂ ਨਹੀਂ ਹੁੰਦਾ ਹੁਣ ਜਿਹੜੀ ਮੈਂ ਗੱਲ ਕਰਨ ਲੱਗਾ ਕਿ ਕਈ ਦਿਨਾਂ ਤੋਂ ਇੱਕ ਮੁੱਦਾ ਚੁੱਕਿਆ ਜਾ ਰਿਹਾ ਸਾਰ ਸਿਮਰਜੀਤ ਸਿੰਘ ਮਾਨ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਕਿ ਸ਼ਹੀਦ ਭਗਤ ਸਿੰਘ ਅਤਵਾਦੀ ਸੀਗਾ ਪਰਸੋ ਉਹਨਾਂ ਦੇ ਸੁਪੁੱਤਰ ਸਾਰ ਮਾਨ ਸਿੰਘ ਮਾਨ ਇੱਥੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਆਉਂਦੇ ਨੇ ਔਰ ਉੱਥੇ ਇੱਕ ਚਿੱਠੀ ਦੇ ਕੇ ਜਾਂਦੇ ਨੇ ਮਾਨ ਸਾਹਿਬ ਵੱਲੋਂ ਤੇ ਆਪਣੇ ਵੱਲੋਂ ਕਿ ਸ਼ਹੀਦ ਭਗਤ ਸਿੰਘ ਦੀ ਅਜਾਇਬ ਘਰ ਦੇ ਵਿੱਚੋਂ ਫੋਟੋ ਜਿਹੜੀ ਉਹ ਲਾ ਦਿੱਤੀ ਜਾਵੇ ਕਿਉਂਕਿ ਉਹ ਨਾਸਤਿਕ ਸੀਗਾ ਉਹ ਅਤਵਾਦੀ ਸੀਗਾ ਭਗਤ ਸਿੰਘ ਬਾਰੇ ਗੱਲ ਤੇ ਮੈਂ ਬਾਅਦ ਚੋਂ ਕਰੂੰਗਾ ਪਹਿਲਾਂ ਤੇ ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹਨਾ ਕਿ ਤੁਹਾਨੂੰ ਲੋਕਾਂ ਨੇ ਐਮਪੀ ਇਸ ਕਰਕੇ ਬਣਾਇਆ ਇਹ ਮੁੱਦੇ ਸੀਗੇ ਪੰਜਾਬ ਦੇ ਜੇ ਤੁਸੀਂ ਉਹਨੂੰ ਅਤਵਾਦੀ ਕਹਿਣਾ ਸੀਗਾ ਤੇ ਜਦੋਂ ਸੰਗਰੂਰ ਹੁਣ ਤੁਸੀਂ ਇਲੈਕਸ਼ਨ ਲੜੀ ਐ ਇੱਥੇ ਜਿੱਤਦੇ ਹੋ ਉਸ ਤੋਂ ਪਹਿਲਾਂ ਕਹਿੰਦੇ ਉਹਨੂੰ ਕਿ ਭਗਤ ਸਿੰਘ ਅਤਵਾਦੀ ਸੀਗਾ ਫਿਰ ਦੇਖ ਤਾਂ ਹੋ ਸਕਦਾ ਵੋਟਾਂ ਤੁਹਾਨੂੰ ਇਹਦੇ ਨਾਲ ਉਹ ਵੀ ਵੱਧ ਪੈਂਦੀਆਂ ਤੇ ਹੋ ਸਕਦਾ ਕਿ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਤੁਹਾਡੀ ਜਮਾਨਤ ਵੀ ਜਬਤ ਕਰਾਉਂਦੇ ਇਹ ਗੱਲਾਂ ਤੁਹਾਨੂੰ ਪਹਿਲਾਂ ਕਰਨੀਆਂ ਚਾਹੀਦੀਆਂ ਸੀਗੀਆਂ ਮੁੱਦੇ ਤੇ ਪੰਜਾਬ ਦੇ ਤੇ ਕੌਮ ਦੇ ਤੇ ਪੰਜਾਬੀਆਂ ਦੇ ਮੁੱਦੇ ਤੇ ਇਹ ਸੀਗੇ ਕਿ 328 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਨੇ ਜਿਹਦੇ ਬਾਰੇ ਸਾਲ ਇੱਕ ਤੋਂ ਡੇਢ ਸਾਲ ਤੋਂ ਧਰਨਾ ਚੱਲ ਰਿਹਾ ਇਹ ਮੁੱਦੇ ਸੀ ਚੁੱਕਣ ਵਾਲੇ ਮੁੱਦਾ ਬਿਦਵੀਜ਼ਾ ਸੀਗਾ ਚੁੱਕਣ ਵਾਲਾ ਸ਼੍ਰੋਮਣੀ ਕਮੇਟੀ ਦੀਆਂ ਗੁਰੂ ਘਰੋਂ ਕਈ ਕੀਮਤੀ ਚੀਜ਼ਾਂ ਗਾਇਬ ਨੇ ਜਿਨ੍ਹਾਂ ਲਈ ਜਦੋਂ ਜਹਦ ਚਲਦੀ ਰਹਿੰਦੀ ਐ ਜਦੋਂ ਬਲੂ ਸਟਾਰ ਹੋਇਆ ਸੀਗਾ ਤੇ ਕਈ ਚੀਜ਼ਾਂ ਜਿਹੜੀਆਂ ਮਿਲ ਨਹੀਂ ਰਹੀਆਂ ਉਹ ਕੇਂਦਰ ਨਾਲ ਗੱਲ ਕਰਦੇ ਇਹ ਮੁੱਦੇ ਚੁੱਕਣ ਵਾਲੇ ਸੀਗੇ ਸ਼੍ਰੋਮਣੀ ਕਮੇਟੀ ਦੇ ਕਪਲਿਆਂ ਦੇ ਮੁੱਦੇ ਚੁੱਕਦੇ ਚਾਹੇ ਉਹ ਘੋ ਦਾ ਚਾਹੇ ਸਰਾ ਦਾ ਚਾਹੇ ਲੰਗਰ ਹਾਲ ਦੀ ਬਿਲਡਿੰਗ ਬਣਾਉਣ ਦਾ ਪੰਜਾਬ ਦੇ ਨਸ਼ਿਆਂ ਦੇ ਮੁੱਦੇ ਚੁੱਕਦੇ ਗੱਲ ਤਾਂ ਤੁਸੀਂ ਹਮੇਸ਼ਾ ਕਰਦੇ ਰਹੇ ਹੋ ਕਿ ਐਸਜੀਪੀਸੀ ਨੂੰ ਬਾਦਲਾਂ ਤੋਂ ਯਾਦ ਕਰਾਉਣਾ ਪਰ ਤੁਸੀਂ ਤੇ ਇਹਨੂੰ ਸ਼ਹੀਦ ਭਗਤ ਸਿੰਘ ਲੋ ਯਾਦ ਕਰਾਉ ਨੂੰ ਤੁਰਪੇ ਉਹਦੀ ਫੋਟੋ ਲਵਾਉਣ ਨਾਲ ਤੁਰਪੇ ਪੀਟੀਸੀ ਬਾਣੀ ਚਲਾਉਂਦਾ ਕੋਈ ਹੋਰ ਚੈਨਲ ਚਲਾ ਨਹੀਂ ਸਕਦਾ ਉਹਦੇ ਤੋਂ ਯਾਦ ਕਰਾਉਣਾ ਸੀਗਾ ਆਪਾਂ ਜਿਹੜੀ ਸਾਡੀ ਗੁਰਬਾਣੀ ਹੈ ਉਹ ਘਰ ਘਰ ਚ ਪਹੁੰਚੇ ਤੇ ਹਰ ਚੈਨਲ ਵਾਲਾ ਚਲਾ ਸਕੇ ਉਹਦੇ ਤੋਂ ਤੇ ਯਾਦ ਆਪਾਂ ਕਰਾ ਨਹੀਂ ਸਕੇ ਤੇ ਬਾਈਪਾਸ ਹੋ ਕੇ ਤੇ ਸ਼ਹੀਦ ਭਗਤ ਸਿੰਘ ਨੂੰ ਫੜ ਲਿਆ ਅੱਜ ਭਗਤ ਸਿੰਘ ਫੜਿਆ ਕੱਲ ਉਦਮ ਸਿੰਘ ਫੜ ਲੋਗੇ ਉਸ ਤੋਂ ਬਾਅਦਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਫੜ ਲੋਗੇ ਫਿਰ ਮਦਨ ਲਾਲ ਢਿੰਗਰਾ ਫੜ ਲੋਗੇ ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਚਾਹੁੰਨਾ ਕਿ ਜਿੰਨਾ ਚਿਰ ਤੁਹਾਡਾ ਸੰਡੂ ਜਿਹੜਾ ਉਹ ਪੰਜਾਬ ਦਾ ਸੀਐਮ ਰਹਾ ਕੈਪਟਨ ਮਰਿੰਦਰ ਸਿੰਘ ਤੁਸੀਂ ਬਿਲਕੁਲ ਵੀ ਸਰਗਰਮ ਨਹੀਂ ਹੋਏ ਪੰਜਾਬ ਦੀ ਰਾਜਨੀਤੀ ਦੇ ਵਿੱਚ ਉਹਨੂੰ ਬਿਲਕੁਲ ਆਰਾਮ ਨਾਲ ਕੰਮ ਕਰਨ ਦਿੱਤਾ ਔਰ ਉਹਦੇ ਉੱਤਰ ਦੇ ਆਏ ਤੁਸੀਂ ਊਲ ਜਲੂਲ ਜਿਹੜੇ ਉਹ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਨੌਜਵਾਨਾਂ ਨੂੰ 扑ਕਾਉਣਾ ਸ਼ੁਰੂ ਕਰ ਦਿੱਤਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਦੀ ਕੋਈ ਚੱਜ ਦੀ ਗੱਲ ਵੀ ਕਰ ਲਿਆ ਕਰੋ ਤੁਹਾਡੇ ਬਿਆਨ ਮੈਂ ਤੁਹਾਨੂੰ ਜਵਾਬ ਨਹੀਂ ਦਿੰਦਾ ਮੇਰੇ ਤੋਂ ਉਮਰ ਨਾਲ ਵੀ ਵੱਡੇ ਹੋ ਮੈਂ ਬਹੁਤਾ ਤੁਹਾਡੀਆਂ ਗੱਲਾਂ ਨੂੰ ਗੋਲਦਾ ਨਹੀਂ ਪਰ ਜਦੋਂ ਪਾਣੀ ਸਿਰ ਤੋਂ ਨੰਗਦਾ ਵਾ ਲੋਕੀ ਵੀ ਕਹਿੰਦੇ ਆ ਵੀ ਤੁਸੀਂ ਪਤਾ ਨਹੀਂ ਡਰਦੇ ਹੋ ਬੋਲਦੇ ਕਿਉਂ ਨਹੀਂ ਇਸ ਕਰਕੇ ਮੈਂ ਤੁਹਾਨੂੰ ਬੋਲਣ ਲੱਗਾ ਬਿਆਨ ਤੁਸੀਂ ਕੀ ਕੀ ਦਿੰਦੇ ਹੋ ਯੂਕਰੇਨ ਦੇ ਵਿੱਚ ਜੰਗ ਲੱਗੀ ਆ ਰਸ਼ੀਆ ਦੇ ਨਾਲ ਤੇ ਪੰਜਾਬ ਦੇ ਬੱਚੇ ਲੜਨ ਉੱਥੇ ਮਤਲਬ ਹਿੰਦੁਸਤਾਨ ਦੇ ਬੱਚੇ ਭਾਰਤ ਦੇ ਬੱਚੇ ਉੱਥੇ ਲੜਾਈ ਕਰਨ ਕਦੀ ਤੁਹਾਡੇ ਮੈਂ ਪੁਰਾਣੇ ਬਿਆਨ ਪੜ੍ਹਦਾ ਸੀਗਾ ਕਿ ਸੋਨੇ ਦੀ ਸਮਗਲਿੰਗ ਖੋਲ ਦੇਣੀ ਚਾਹੀਦੀ ਆ ਪੰਜਾਬਾਰ ਦੇ ਵਿੱਚ ਜਿਹੜਾ ਟ੍ਰੇਨਾਂ ਉਹਨਾਂ ਦਾ ਗੱਡੀਆਂ ਰੇਲ ਗੱਡੀਆਂ ਉਹਨਾਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਇਹ ਬੰਦ ਹੋ ਜਾਣੀਆਂ ਚਾਹੀਦੀਆਂ ਨੇ ਫੇਰ ਤੁਹਾਡੀ ਇੱਕ ਵੀਡੀਓ ਮੈਂ ਸੁਣਦਾ ਸੀਗਾ ਕਹੋ ਕਿ ਤੇ ਮੈਂ ਇਹਦੇ ਨਾਲ ਹੀ ਲਾ ਦੂੰਗਾ ਲਿੰਕ ਵੀ ਲਾਉਂਗਾ ਉਹਦੇ ਵਿੱਚ ਤੁਸੀਂ ਸਟੇਜ ਦੇ ਉੱਤੋਂ ਕੀ ਕਹਿ ਰਹੇ ਹੋ ਤੇ ਲੋਕੀ ਜਕਾਰੇ ਕੀ ਲਾ ਰਹੇ ਆ ਉਹਦੇ ਵਿੱਚ ਤੁਸੀਂ ਬੋਲਦੇ ਹੋ ਕਿ ਹਿੰਦੁਸਤਾਨ ਲਈ ਮੇਰੇ ਕੋਲ ਆ ਆ ਗੰਦਾ ਇਸ਼ਾਰਾ ਕਰਕੇ ਇਸ ਉਮਰ ਦੇ ਵਿੱਚ ਤੁਹਾਨੂੰ ਇਹ ਗੱਲਾਂ ਸ਼ੋਭਦੀਆਂ ਨੇ ਤੇ ਜਦੋਂ ਤੁਸੀਂ ਗੰਦਾ ਇਸ਼ਾਰਾ ਕਰਦੇ ਹੋ ਤੇ ਪਿੱਛੇ ਤੁਹਾਡੇ ਬੁੱਲੇ ਸੋਨਿਆਲ ਤੇ ਜਕਾਰੇ ਲਾਉਂਦੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਤੇ ਇਸ ਉਮਰ ਦੇ ਵਿੱਚ ਤੁਹਾਨੂੰ ਸਮਝਾਉਣਾ ਚਾਹੀਦਾ ਵੀ ਮਾਨ ਸਾਹਿਬ ਤੁਹਾਨੂੰ ਧੀਆ ਭੈਣਾਂ ਵੀ ਫੋਲੋ ਕਰਦੀਆਂ ਨੇ ਤੁਹਾਨੂੰ ਔਰਤਾਂ ਵੀ ਫੋਲੋ ਕਰਦੀਆਂ ਨੇ ਤੇ ਤੁਸੀਂ ਇਹ ਕਿਹੋ ਜਿਹਾ ਇਸ਼ਾਰੇ ਕਰ ਰਹੇ ਹੋ ساری ਉਮਰ ਤੁਸੀਂ ਭਾਰਤ ਦੇ ਸੰਵਿਧਾਨ ਨੂੰ ਗਾਲਾਂ ਕੱਢਦੇ ਰਹੇ ਉਸੇ ਸੰਵਿਧਾਨ ਦੀ ਮਤਲਬ ਸੰਵਿਧਾਨ ਨੂੰ ਤੁਸੀਂ ਕਦੀ ਨਹੀਂ ਮੰਨਿਆ ਵੀ ਮੈਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਉਸੇ ਸੰਵਿਧਾਨ ਦੀ ਮੁੜਕੇ ਤੁਸੀਂ ਸੌਂ ਖਾਧੀ ਤੇ ਉਸੇ ਸੰਵਿਧਾਨ ਦੇ ਹੇਠ ਤੁਸੀਂ ਉੱਥੇ ਜਿਹੜਾ ਸਾਡਾ ਜਨਗਨ ਮੰਨਿਆ ਉਹਨੂੰ ਵੀ ਉੱਥੇ ਤੁਸੀਂ ਮਤਲਬ ਗਾਉਂਦੇ ਰਹੇ ਹੋ ਅੰਦਰ ਬਾਹਰ ਹਮੇਸ਼ਾ ਹੀ ਤੁਸੀਂ ਖਾਲਿਸਤਾਨ ਦੀ ਮੰਗ ਕੀਤੀ ਆ ਹਮੇਸ਼ਾ ਹੀ ਤੁਸੀਂ ਖਾਲਸਤਾਨ ਮੰਗਦੇ ਰਹੇ ਹੋ ਤੇ ਅੰਦਰ ਜਾ ਕੇ ਤੁਸੀਂ ਸੌਂਹ ਕੀ ਚੁੱਕਦੇ ਹੋ ਕਿ ਮੈਂ ਸੰਵਿਧਾਨ ਦੇ ਪ੍ਰਤੀ ਸੱਚੀ ਨਿਸ਼ਠਾ ਤੇ ਅਖੰਡਤਾ ਜਿਹੜੀ ਉਹ ਕਾਇਮ ਰੱਖਾਂਗਾ ਦੇਸ਼ ਦੀ ਇਹ ਤੁਸੀਂ ਜਾ ਕੇ ਉੱਥੇ ਸੌਂਹ ਚੁੱਕੀ ਆ ਤੇ ਜਦੋਂ ਲੋਕਾਂ ਦੇ ਬੱਚੇ ਮਰਵਾਉਣੇ ਹੁੰਦੇ ਆ ਉਦੋਂ ਸੰਵਿਧਾਨ ਦੇ ਵਿਰੁੱਧ ਬੋਲਣਾ ਸ਼ੁਰੂ ਕਰ ਦਿੰਦੇ ਹੋ ਉਦੋਂ ਕਹਿੰਦੇ ਮੈਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਤੇ ਜਦੋਂ ਆਪ ਨੂੰ ਲੋੜ ਪੈ ਜਾਂਦੀ ਆ ਕਿਸੇ ਵੀ ਕੰਮ ਦੀ ਤੇ ਉਦੋਂ ਤੁਸੀਂ ਸੰਵਿਧਾਨ ਦੇ ਅਨਸਾਰ ਸਾਰੀਆਂ ਹੀ ਸਹੂਲਤਾਂ ਲੈ ਲੈਂਦੇ ਹੋ ਤੁਸੀਂ 100 ਸਬਧਾਨ ਦੇ ਅਨਸਾਰ ਖਾਦੀ ਜਦੋਂ ਤੁਸੀਂ ਐਮਪੀ ਦੀ ਸੌ ਚੁੱਕੀ ਆ ਅੱਗੇ ਤੁਸੀਂ ਆਜੋ ਜੇ ਤੁਹਾਨੂੰ ਪਾਸਪੋਰਟ ਦੀ ਲੋੜ ਹੈ ਉਹ ਵੀ ਤੁਸੀਂ ਉਸੇ ਸਬਧਾਨ ਦੇ ਮਤਲਬ ਹੇਠ ਲਿਆ ਉਹ ਉਹਨੂੰ ਮੰਨ ਕੇ ਲਿਆ ਜਿਹੜੀਆਂ-ਜਿਹੜੀਆਂ ਵੀ ਤੁਹਾਨੂੰ ਸਹੂਲਤਾਂ ਚਾਹੀਦੀਆਂ ਵਾਂ ਜੇ ਤੁਹਾਡੇ ਤੇ ਕੋਈ ਪਰਚੇ ਦਰਜ ਕਰ ਦਿੱਤੇ ਗਏ ਉਹਨਾਂ ਦੇ ਵਿੱਚੋਂ ਤੁਸੀਂ ਜ਼ਮਾਨਤ ਲੈਣੀ ਹੈ ਬੇਲ ਲੈਣੀ ਹੈ ਤੇ ਉਸੇ ਸਬਧਾਨ ਦੇ ਅੰਡਰ ਹੀ ਤੁਸੀਂ ਬੇਲ ਅਪਲਾਈ ਕਰਦੇ ਹੋ ਜੇ ਗਨਮੈਨ ਲੈਣੇ ਆ ਤੇ ਉਸੇ ਸੰਵਿਧਾਨ ਦੇ ਅੰਡਰ ਹੀ ਤੁਸੀਂ ਜਿਹੜੀ ਭਾਰਤ ਸਰਕਾਰ ਆ ਜਾਂ ਪੰਜਾਬ ਸਰਕਾਰ ਆ ਤੁਹਾਨੂੰ ਉਸੇ ਸੰਵਿਧਾਨ ਦੇ ਅੰਡਰ ਜਿਹੜੇ ਗਨਮੈਨ ਦਿੰਦੀ ਆ ਉਹਨਾਂ ਤੋਂ ਮੁੜਕੇ ਤੁਸੀਂ ਮੂੰਹ ਨਹੀਂ ਮੋੜਦੇ ਜਿਹੜੀਆਂ ਜਿਹੜੀਆਂ ਸਹੂਲਤਾਂ ਮੇਰੇ ਖਿਆਲ ਗੱਡੀ ਵੀ ਸਰਕਾਰੀ ਤੁਹਾਨੂੰ ਉਸੇ ਸੰਵਿਧਾਨ ਦੇ ਅੰਡਰ ਹੀ ਮਿਲ ਜਾਣੀ ਆ ਜਿਹੜੀ ਤੁਸੀਂ ਐਮਪੀ ਬਣਨ ਤੋਂ ਬਾਅਦ ਜਿਹੜੀ ਮਿਲਣੀ ਆ ਕੋਈ ਹੋਰ ਮਾੜੀ ਮੋਟੀ ਬੰਦਾ ਵੀ ਗੱਲ ਕਰਦਾ ਨਾ ਖਾਲਿਸਤਾਨ ਦੀ ਤੇ ਉਹਦੇ ਉੱਤੇ ਭਾਰਤ ਸਰਕਾਰ ਜਿਹੜੀ ਉਹ ਭਾਜਪਾ ਦੀ ਸਰਕਾਰ ਕਹਿ ਲਓ ਕਾਂਗਰਸ ਦੀ ਕਹਿ ਲਓ ਉਹ ਉਹਦੇ ਉੱਤੇ ਝਟ ਪਰਚਾ ਦੇ ਦਿੰਦੀ ਆ ਝਟ ਦੇਣੀ ਉਹਦੇ ਉੱਤੇ ਪਰਚਾ ਦੇ ਦਿੱਤਾ ਜਾਂਦਾ ਤੁਸੀਂ ਰੋਜ਼ ਇਹ ਗੱਲਾਂ ਕਰਦੇ ਹੋ ਤੁਹਾਨੂੰ ਨਾ ਕੋਈ ਫੜਦਾ ਨਾ ਤੁਹਾਨੂੰ ਕੋਈ ਰੋਕਦਾ ਖੈਰ ਇਹਨੂੰ ਝਾਟ ਹੀ ਨੋਟਿਸ ਆ ਜਾਂਦਾ ਐਨਆਈਏ ਦਾ ਫੰਡਾਂ ਦੇ ਕਰਕੇ ਤੁਹਾਡੇ ਫੰਡਾਂ ਦੀ ਜਾਂਚ ਕਦੀ ਵੀ ਕਿਸੇ ਨੇ ਨਹੀਂ ਕੀਤੀ ਵੀ ਮਤਲਬ ਤੁਹਾਨੂੰ ਕੋਈ ਵੀ ਨਹੀਂ ਪੁੱਛਦਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਜੇ ਭਗਤ ਸਿੰਘ ਹਤਵਾਦੀ ਸੀਗਾ ਚਲੋ ਮੈਂ ਮੰਨ ਲਈ ਤੁਹਾਡੀ ਗੱਲ ਭਗਤ ਸਿੰਘ ਹਤਵਾਦੀ ਸੀਗਾ ਫੇਰ ਗਾਂਧੀ ਨੂੰ ਰਾਸ਼ਟਰਪਿਤਾ ਮੰਨ ਲਓ ਕਿਸੇ ਪਾਸੇ ਤਾਂ ਲੱਗੋ ਨਾ ਯਾਰ ਕਿਸੇ ਇੱਕ ਨੂੰ ਜਿਉ ਸ਼ਾਂਤੀ ਨਾਲ ਚੱਲਦਾ ਸੀਗਾ ਤੇ ਫਿਰ ਤੁਸੀਂ ਉਹਨੂੰ ਫਾਲੋ ਕਰਨਾ ਸ਼ੁਰੂ ਕਰ ਦਿਓ ਫਿਰ ਉਹਦਾ ਪ੍ਰਚਾਰ ਤੇ ਕਰੋ ਉਹਨੂੰ ਤੇ ਮੰਨੋ ਵੀ ਗਾਂਧੀ ਠੀਕ ਸੀਗਾ ساری ਉਮਰ ਤੁਸੀਂ ਗਾਂਧੀ ਪਰਿਵਾਰ ਨੂੰ ਗਾਲਾਂ ਕੱਢਦੇ ਰਹੇ ساری ਉਮਰ ਤੇ ਆਹ ਜਦੋਂ ਦੀ ਈਡੀ ਨੇ ਰੇਡ ਕੀਤੀ ਰਾਹੁਲ ਦੇ ਉੱਤੇ ਤੇ ਸੋਨੀਆ ਗਾਂਧੀ ਦੇ ਉੱਤੇ ਤੇ ਤੁਸੀਂ ਲੋਕਾਂ ਨੂੰ ਇਹ ਆਪਣਾ ਹੁਕਮ ਸੁਣਾਉਂਦੇ ਹੋ ਲੋਕਾਂ 'ਚ ਇਹ ਪ੍ਰਚਾਰ ਕਰਦੇ ਹੋ ਕਿ ਰਾਹੁਲ ਗਾਂਧੀ ਦੀ ਜਿਹੜੀ ਮਤ ਕਰਨੀ ਚਾਹੀਦੀ ਆ ਮਤਲਬ ਕੋਈ ਇੱਕ ਸਟੈਂਡ ਹੈਗਾ ਤੁਹਾਡਾ ਕੋਈ ਕੋਈ ਇੱਕ ਸਟੈਂਡ ਅੱਗੇ ਆਜੋ 1 ਅਪ੍ਰੈਲ 1 ਅਪ੍ਰੈਲ 2002 ਦੇ ਵਿੱਚ ਤੁਸੀਂ ਆਪਣੇ ਨਾਨਾ ਅਰੂੜ ਸਿੰਘ ਨੂੰ ਪਾਪੀ ਕਹਿੰਦੇ ਹੋ ਔਰ ਉਹਨਾਂ ਦੀ ਮਾਫੀ ਮੰਗਦੇ ਹੋ ਅਖਬਾਰ ਦੀ ਕਟਿੰਗ ਆ ਮੈਂ ਨਾਲ ਲਾ ਦੂੰਗਾ ਉਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਮੇਰੇ ਨਾਨਾ ਜੀ ਕੋਲੋਂ ਪਾਪ ਹੋਇਆ ਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਮੇਲ ਬੱਚਾ ਨਹੀਂਗਾ ਤੇ ਉਹਦੀ ਮਾਫੀ ਜਿਹੜੀ ਮੈਂ ਦੋ ਤਾਂ ਹੁਣ ਦੇ ਨਾਤੇ ਉਹਨਾਂ ਕੋਲੋਂ ਮੰਗਦਾ ਵਾਂ ਤੇ 2022 ਦੇ ਵਿੱਚ ਤੁਹਾਡੇ ਨਾਨਾ ਜੀ ਉਹ ਦੇਸ਼ ਭਗਤ ਬਣ ਜਾਂਦੇ ਆ ਜਿਹੜੀ ਆ 8-10 ਦਿਨ ਪਹਿਲਾਂ ਸਟੇਟਮੈਂਟ ਦਿੱਤੀ ਆ ਤੇ ਸ਼ਹੀਦ ਭਗਤ ਸਿੰਘ ਅਤਵੱਦੀ ਬਣ ਜਾਂਦੇ ਆ ਮਤਲਬ ਨਾਨਾ ਜੀ ਨੂੰ ਤੁਸੀਂ ਬਿਲਕੁਲ ਠੀਕ ਠਰਾ ਦਿੱਤਾ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਨਾਨਾ ਜੀ ਤੁਹਾਡੇ ਜਰਨਲ ਡੈਰ ਨੂੰ ਤੁਸੀਂ ਕਹਿੰਦੇ ਸੀ ਕਿ ਉਹ ਠੰਡਾ ਕਰਦੇ ਸੀਗੇ ਉਹਨਾਂ ਜੋ ਕੀਤਾ ਤੇ ਠੀਕ ਕੀਤਾ ਕਿਉਂਕਿ ਜਰਨਲ ਡੈਰ ਨੇ ਦਰਬਾਰ ਸਾਹਿਬ ਦੇ ਉੱਤੇ ਬੰਬਾਰੀ ਕਰ ਦੇਣੀ ਸੀਗੀ ਬੰਬ ਸੁੱਟ ਦੇਣੇ ਸੀਗੇ ਤੇ ਮੇਰੇ ਨਾਨਾ ਜੀ ਨੇ ਉਹਨੂੰ ਸਨਮਾਨਤ ਕਰਕੇ ਉਹਨੂੰ ਸਰੋਪਾ ਪਾ ਕੇ ਮਤਲਬ ਇਹ ਭਲੇ ਦਾ ਕੰਮ ਕੀਤਾ ਉਹਨੂੰ ਠੰਡਾ ਕੀਤਾ ਗਿਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਨਾਨਾ ਜੀ ਨੇ ਇਹੋ ਜਿਹਾ ਕਿਹੜਾ ਬਰਫ ਵਾਲਾ ਕਾਰਖਾਨਾ ਲਾਇਆ ਸੀਗਾ ਜਿਹਦੇ ਵਿੱਚ ਜਾਲਮ ਬੰਦੇ ਨੂੰ ਸਾਦੇ ਸੀਗੇ ਤੇ ਉਹ ਠੰਡਾ ਕਰ ਕਰ ਦਿੱਤਾ ਜਾਂਦਾ ਸੀਗਾ ਉਹਨੂੰ ਫੇਰ ਤੁਹਾਡਾ ਦੋਤਾ ਆ ਦੋ ਤਿੰਨ ਦਿਨ ਤੋਂ ਪ੍ਰੈਸ ਕਾਨਫਰੰਸ ਕਰ ਰਿਹਾ ਉਹਨੇ ਵੀ ਇੱਕ ਸਟੇਟਮੈਂਟ ਦਿੱਤੀ ਹੈ ਕਿ ਇੰਦਰਾ ਗਾਂਧੀ ਵੀ ਠੰਡੀ ਕੀਤੀ ਜਾ ਸਕਦੀ ਸੀਗੀ ਉਹਨੇ ਬਹੁਤ ਜਣੀਆਂ ਜੜੀਆਂ ਚਿੱਠੀਆਂ ਨੇ ਉਹ ਲਿਖੀਆਂ ਪਰ ਉਹਦੀਆਂ ਚਿੱਠੀਆਂ ਦਾ ਠੀਕ ਜਵਾਬ ਨਹੀਂ ਦਿੱਤਾ ਗਿਆ ਉਹਨੂੰ ਵੀ ਠੰਡਾ ਕੀਤਾ ਜਾਂਦਾ ਤੇ ਦਰਬਾਰ ਸਾਹਿਬ ਦੇ ਉੱਤੇ ਮਤਲਬ ਅਟੈਕ ਨਹੀਂ ਸੀ ਹੋ ਸਕਦਾ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਨਹੀਂ ਸੀ ਹੋ ਸਕਦਾ ਮੈਂ ਤਾਂ ਸਮਝਦਾ ਸੀਗਾ ਕਿ ਤੁਸੀਂ ਤੁਸੀਂ ਕੱਲੇ ਹੀ ਹੋ ਮਤਲਬ ਇਹੋ ਜਿਹੇ ਜਿਹੜਾ ਬੋਲਦੇ ਹੋ ਪਰ ਮੈਨੂੰ ਤੁਹਾਨੂੰ ਲੱਗਦਾ ਵੀ ਸਾਰਾ ਟੱਬਰ ਹੀ ਮਤਲਬ ਇਦਾਂ ਦਾ ਵਾ ਹੁਣ ਤੁਸੀਂ ਦੱਸ ਦਿਓ ਮਾਨ ਸਾਹਿਬ ਕਿ ਤੁਹਾਨੂੰ ਠੰਡਾ ਕਰਨ ਲਈ ਕਿਹੜੇ ਰੰਗ ਦਾ ਸਰੂਪਾ ਪਾਇਆ ਜਾਵੇ ਤਾਂ ਜੋ ਪੰਜਾਬ ਲਈ ਪੰਜਾਬੀਆਂ ਲਈ ਇਹ ਕੌਮ ਲਈ ਤੁਸੀਂ ਊਲ ਜਲੂਲ ਜਿਹੜਾ ਉਹ ਬੋਲਣਾ ਹਟ ਜੋ ਅੱਗੇ ਆਓ ਆ ਤੁਹਾਡੇ ਹੀ ਕਿਸੇ ਮਤਲਬ ਦੋਸਤ ਨੇ ਤੁਹਾਡੇ ਹੀ ਕਿਸੇ ਮਤਲਬ ਹਮ ਅਫਸਰ ਨੇ ਇਹ ਖਲਾਸਾ ਕੀਤਾ ਕਿ ਸਭ ਤੋਂ ਪਹਿਲਾਂ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ ਸੀਗਾ ਚਾਰ ਉਹਦੇ ਵਿੱਚ ਨਿਹੰਗ ਮਾਰੇ ਗਏ ਸੀਗੇ ਉਹ ਤੁਸੀਂ ਉਹ ਮੁਕਾਬਲਾ ਬਣਾਇਆ ਸੀਗਾ ਤੋ ਤੁਸੀਂ ਉਹਨੂੰ ਕਹਿੰਦੇ ਹੋ ਮੁਕਾਬਲਾ ਬਿਲਕੁਲ ਜਾਇਦ ਸੀਗਾ ਤੁਸੀਂ ਝੂਠੇ ਮੁਕਾਬਲਿਆਂ ਦੇ ਜਨਮਦਾਤਾ ਉਹ ਪੰਜਾਬ ਦੇ ਉਸ ਬੰਦੇ ਦੇ ਅਨਸਾਰ ਜੋ ਉਹਨੂੰ ਵੀ ਤੁਸੀਂ ਜਵਾਬ ਨਹੀਂ ਦਿੱਤਾ ਤੁਸੀਂ ਕਹਿੰਦੇ ਹੋ ਵੀ ਮੈਂ ਠੀਕ ਸੀਗਾ ਜਿਹੜੇ ਨਿਹੰਗ ਬਾਰੇ ਸੀਗੇ ਤੁਸੀਂ ਇਹ ਇਹ ਜਿਹੜੇ ਮੁੰਡੇ ਮਾਰਨ ਵਾਲੀ ਪਿਰਤ ਜਿਹੜੀ ਤੁਸੀਂ ਪਾਈ ਤੇ ਉਹਦੇ ਉਹਦੇ ਪਦਚਿਨਾਂ ਦੇ ਉੱਤੇ ਉਹਦੀਆਂ ਪੈੜਾਂ ਤੇ ਚੱਲਦੇ ਹੋਏ ਅੱਜ ਤੱਕ ਪੰਜਾਬ ਦੇ ਨੌਜਵਾਨ ਜਿਹੜੇ ਉਹ ਕਈ ਸਾਲ ਉਹ ਝੂਠੇ ਮੁਕਾਬਲਿਆਂ ਦੇ ਵਿੱਚ ਮਾਰੇ ਜਾਂਦੇ ਰਹੇ ਮੈਂ ਤੁਹਾਨੂੰ ਪੁੱਛਣਾ ਚਾਹਣਾ ਕੱਲ ਤੁਸੀਂ ਇੱਕ ਪਾਰਲੀਮੈਂਟ ਦੇ ਵਿੱਚ ਹੁਣ ਗੱਲਾਂ ਸੱਚੀਆਂ ਨੇ ਸੁਣ ਲਿਓ ਕਿ ਕੱਲ ਤੁਸੀਂ ਪਾਰਲੀਮੈਂਟ ਦੇ ਵਿੱਚ ਇੱਕ ਮੁੱਦਾ ਉਠਾਇਆ ਕਿ ਪੰਜਾਬ ਦੇ ਵਿੱਚ ਕੋਈ ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਜਿਹੜਾ ਨਹੀਂ ਹੋਏਗਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਪਲੱਸ 2 ਕਰਨ ਤੋਂ ਬਾਅਦ ਬੱਚਿਆਂ ਕੋਲੋਂ ਲੱਖਾਂ ਰੁਪਏ ਲੈ ਕੇ ਉਹਨਾਂ ਨੂੰ ਆਪਣੇ ਲੈਟਰ ਪੈਡ ਦੇ ਉੱਤੇ ਚਿੱਠੀ ਬਣਾ ਕੇ ਦੇ ਦਿੰਦੇ ਹੋ ਬਾਹਰਲੇ ਮੁਲਕਾਂ 'ਚ ਪਨਾਹ ਲੈਣ ਦੀ ਤੇ ਬੱਚੇ ਤੇ ਪਲੱਸ 2 ਤੋਂ ਬਾਅਦ ਬਾਹਰ ਚਲੇ ਜਾਂਦੇ ਨੇ ਤੇ ਇੱਥੇ ਜਿਹੜੇ ਸੁਪਰੀਮ ਕੋਰਟ ਦੇ ਔਰ ਜੱਜ ਉਹ ਕਿੱਥੋਂ ਲੱਗਣੇ ਨੇ ਅੱਧੀਆਂ ਪੰਜਾਬ ਦੀਆਂ ਅੱਧਾ ਪੰਜਾਬ ਤੁਸੀਂ ਇਹ ਝੂਠੀਆਂ ਚਿੱਠੀਆਂ ਬਣਾ ਕੇ ਬਾਹਰ ਤੋਰ ਦਿੱਤਾ ਤੇ ਸੁਪਰੀਮ ਕੋਰਟ 'ਚ ਜੱਜ ਲੱਭਦੇ ਫਿਰਦੇ ਹੋ ਸਿੱਖਾ ਸੇਖ ਬੱਚੇ ਕਿੱਥੋਂ ਮਿਲਣਗੇ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਕੀ ਤੁਸੀਂ ਜਿੰਨੀਆਂ ਚਿੱਠੀਆਂ ਦਿੱਤੀਆਂ ਅੱਜ ਤੱਕ ਉਹ ਵਾਕਿਆ ਹੀ ਬੱਚੇ ਮਤਲਬ ਉਹ ਉਹਨਾਂ ਨੂੰ ਮਤਲਬ ਜੋ ਤੁਸੀਂ ਲਿਖ ਕੇ ਦਿੰਦੇ ਹੋ ਵੀ ਇਹਨਾਂ ਨੂੰ ਪਨਾਹ ਦੀ ਲੋੜ ਹੈ ਕੋਈ ਵੀ ਝੂਠੀ ਚਿੱਠੀ ਤੁਸੀਂ ਨਹੀਂ ਲਿਖੀ ਤੁਹਾਡੇ ਕੀ ਤੁਹਾਡੀ ਪਾਰਟੀ ਵਾਲੇ ਫੰਡ ਲੈਂਦੇ ਨੇ ਔਰ ਚਿੱਠੀਆਂ ਦੇ ਦਿੱਤੀਆਂ ਜਾਂਦੀਆਂ ਜਾਂਦੀਆਂ ਨੇ ਕਿਸੇ ਹੋਰ ਨੇ ਇੰਨੇ ਬੱਚੇ ਬਾਹਰ ਭੇਜੇ ਹੁੰਦੇ ਨੇ ਨਾ ਚਿੱਠੀਆਂ ਦੇ ਕੇ ਤੇ ਉਹਦੇ ਤੇ ਹਿਊਮਨ ਟ੍ਰੈਫਿਕਿੰਗ ਦਾ ਜਿਹੜਾ ਉਹ ਪਰਚਾ ਹੋ ਜਾਂਦਾ ਪਰ ਪਤਾ ਨਹੀਂ ਸਰਕਾਰਾਂ ਨਾਲ ਤੁਹਾਡੀ ਕੀ ਸਾਂਝ ਹੈ ਨਾ ਤੁਹਾਨੂੰ ਕੋਈ ਪੁੱਛਦਾ ਆ ਦਲੇਰ ਮਹਿੰਦੀ ਮੇਰੇ ਖਿਆਲ ਪੰਜ ਸੱਤ ਬੱਚੇ ਜਿਹੜੇ ਉਹ ਬਾਹਰ ਲੈ ਕੇ ਗਿਆ ਸੀਗਾ ਕਬੂਤਰਬਾਜੀ ਦੇ ਵਿੱਚ ਉਦੋਂ ਨਵਾਂ ਨਵਾਂ ਕੰਮ ਸ਼ੁਰੂ ਹੋਇਆ ਸੀ ਤੇ ਆਹ ਨੂੰ ਜਿਹੜੀ ਕੈਦ ਸੁਣਾ ਦਿੱਤੀ ਗਈ ਹੈ ਪਰ ਤੁਹਾਨੂੰ ਕਿਉਂ ਨਹੀਂ ਪੁੱਛਦਾ ਤੁਹਾਡੀ ਕਦੀ ਕਿਸੇ ਨੇ ਜਾਂਚ ਨਹੀਂ ਕੀਤੀ ਵੀ ਤੁਸੀਂ ਉਹਨਾਂ ਕੋਲੋਂ ਕਿੰਨੇ ਫੰਡ ਲਏ ਨੇ ਤੇ ਕਿੰਨੇ ਬੱਚੇ ਜਿਹੜੇ ਪੰਜਾਬ ਦੇ ਬਾਹਰ ਭੇਜ ਚੁੱਕੇ ਹੋ ਗੱਲ ਤੇ ਤੁਸੀਂ ਕਰਦੇ ਹੋ ਕੌਮ ਦੀ ਗੱਲ ਕਰਦੇ ਹੋ ਪੰਜਾਬ ਦੀ ਗੱਲ ਕਰਦੇ ਹੋ ਖਾਲਸਪੁਰ ਦੀ ਤੇ ਸੌ ਚੁੱਕਦਿਆਂ ਤੁਹਾਡੇ ਕੋਲ ਪ੍ਰੋਪਰ ਪੜ ਕੇ ਵੀ ਪੰਜਾਬੀ ਠੀਕ ਨਹੀਂ ਬੋਲੀ ਗਈ ਉਹ ਚ ਕਿੰਨੇ ਤੁਸੀਂ ਸ਼ਬਦ ਜਿਹੜੇ ਉਹ ਗਲਤ ਬੋਲੇ ਮੈਂ ਤੇ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਸਾਰੇ ਪੱਤਰਕਾਰਾਂ ਨੂੰ ਕਹਿਣਾ ਚਾਹੁੰਦਾ ਵੀ ਕਿਸੇ ਦਿਨ ਬਿਨਾਂ ਦੱਸੇ ਤੇ ਬਿਨਾਂ ਤਿਆਰੀ ਕਰਾਏ ਮਾਨ ਸਾਹਿਬ ਨੂੰ ਇੱਕ ਪੰਜਾਬੀ ਦਾ ਪੇਜ ਦੇ ਦੇਓ ਤੇ ਉਹਨਾਂ ਨੂੰ ਕਹੋ ਵੀ ਲੈ ਚ ਉਹਨੂੰ ਪੜ੍ਹ ਕੇ ਦੱਸ ਦੇਣ ਤੇ ਉਹ ਵਿਖਾ ਦੇਣ ਤੇ ਹੋ ਸਕਦਾ ਮੈਂ ਗਲਤ ਹਾਂ ਪਰ ਤੁਹਾਡੀ ਸੌ ਚੁੱਕਣ ਤੋਂ ਮੈਨੂੰ ਇਹ ਲੱਗਾ ਸੀਗਾ ਕਿ ਤੁਹਾਨੂੰ ਪੰਜਾਬੀ ਠੀਕ ਤਰ੍ਹਾਂ ਪੜ੍ਹਨੀ ਵੀ ਨਹੀਂ ਆਉਂਦੀ ਤੁਸੀਂ ਸੰਸਦ 'ਚ ਵੀ ਮੁੱਦਾ ਚੁੱਕਿਆ ਉਹ ਵੀ ਤੁਸੀਂ ਇੰਗਲਿਸ਼ ਦੇ ਵਿੱਚ ਬੋਲ ਰਹੇ ਸੀਗੇ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਭਗਤ ਸਿੰਘ ਨੂੰ ਅਤਵਾਦੀ ਕਹਿੰਦੇ ਹੋ ਵੱਡੇ ਵੱਡੇ ਲੋਕਾਂ ਦੇ ਹੋ ਸਾਦਾ ਤੁਹਾਡੀ ਉਹਨਾਂ ਨਾਲ ਸਹਿਮਤੀ ਨਾ ਹੋਵੇ ਮੇਰੀ ਉਹਨਾਂ ਨਾਲ ਸਹਿਮਤੀ ਨਾ ਹੋਵੇ ਭਗਤ ਸਿੰਘ ਦੇ ਬਾਰੇ ਵਿਚਾਰ ਦੱਸਾਂ ਉਹਨਾਂ ਦੇ ਕੀ ਸੀਗੇ ਤੁਹਾਡਾ ਜਿਹੜਾ ਦੋਤਾ ਉਹ ਵੀ ਨਹਿਰੂ ਬਾਰੇ ਬੋਲਦਾ ਸੀਗਾ ਇਹ ਅੱਡ ਅੱਡ ਹੈ ਮਤਲਬ ਤੁਹਾਨੂੰ ਨਿਕਲ ਆਉਂਦਾ ਇਤਿਹਾਸ ਕਿਤੇ ਕਿਸੇ ਬਾਰੇ ਕੋਈ ਲਿਖਿਆ ਕਿਸੇ ਬਾਰੇ ਕੋਈ ਲਿਖਿਆ ਜਵਾਹਰ ਲਾਲ ਨਹਿਰੂ ਉਹਨੇ ਭਗਤ ਸਿੰਘ ਬਾਰੇ ਪਤਾ ਕੀ ਲਿਖਿਆ ਕਿ ਸ਼ਹੀਦ ਭਗਤ ਸਿੰਘ ਇੱਕ ਕਲੀਨ ਫਾਈਟਰ ਸੀਗਾ ਮਤਲਬ ਉਹ ਇੱਕ ਸਾਫ਼ ਦਿਲ ਦਾ ਜਿਹੜਾ ਉਹ ਲੜਾਕੂ ਸੀਗਾ ਦੁਸ਼ਮਣ ਨੂੰ ਉਹ ਖੁੱਲ੍ਹ ਦਿਲੀ ਦੇ ਨਾਲ ਜਿਹੜਾ ਓਪਨ ਹਾਰਡ ਦੇ ਨਾਲ ਮਿਲਦਾ ਸੀਗਾ ਉਹ ਇੱਕ ਚਿੰਗਾਰੀ ਸੀਗੀ ਤੇ ਥੋੜੇ ਸਮੇਂ ਦੇ ਵਿੱਚ ਹੀ ਉਹ ਜਿਹੜੀ ਲਾਟ ਤੇ ਜਵਾਲਾ ਬਣ ਗਈ ਸੀ ਜਿਨ ਨੇ ਦੇਸ਼ ਦੇ ਕੋਨੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਆਪਣੀ ਰੋਸ਼ਨੀ ਜਿਹੜੀ ਫਲਾ ਦਿੱਤੀ ਸੀਗੀ ਉਹਨੂੰ ਤੁਸੀਂ ਅਤਵਦੀ ਕਹਿੰਦੇ ਹੋ ਦੂਜੇ ਪਾਸੇ ਸੁਭਾਸ਼ ਚੰਦਰ ਬੋਸ ਉਹਦੇ ਬਾਰੇ ਲਿਖਦੇ ਨੇ ਕਿ ਸ਼ਹੀਦ ਭਗਤ ਸਿੰਘ ਜਿਹੜਾ ਭਾਰਤ ਨੂੰ ਨਵਾਂ ਸਿੰਬਲ ਤੇ ਨਵਾਂ ਜਿਹੜਾ ਆਈਡਲ ਆ ਇੱਕ ਆਦਰਸ਼ ਮਿਲਿਆ ਨਵੇਂ ਯੂਥ ਦੇ ਲਈ ਇਹ ਸੁਭਾਸ਼ ਚੰਦਰ ਬੋਸ ਨੇ ਉਹਦੇ ਬਾਰੇ ਲਿਖਿਆ ਅੱਗੇ ਆਜੋ ਅੰਗਰੇਜ਼ਾਂ ਬਾਰੇ ਜਿਨ੍ਹਾਂ ਨੇ ਉਹਨੂੰ ਫਾਂਸੀ ਦਿੱਤੀ ਸੀਗੀ ਇੱਕ ਸਰ ਵਿਲੀਅਮ ਹੋਏ ਆ ਡਾਇਰੈਕਟਰ ਆਫ ਇੰਟੈਲੀਜੈਂਸ ਬਿਊਰੋ ਮਤਲਬ ਡਾਇਰੈਕਟਰ ਰਹੇ ਨੇ ਇੰਟੈਲੀਜੈਂਸ ਬਿਊਰੋ ਦੇ ਉਹ ਭਗਤ ਸਿੰਘ ਨੂੰ ਫਾਂਸੀ ਦੇਣ ਤੋਂ 4 ਸਾਲ ਬਾਅਦ ਪਤਾ ਕੀ ਲਿਖਦੇ ਨੇ ਕਿ ਇਹਦੀ ਫੋਟੋ ਹਰ ਸ਼ਹਿਰ ਦੇ ਵਿੱਚ ਹਰ ਕਸਬੇ ਦੇ ਵਿੱਚ ਹਰ ਗਲੀ ਦੇ ਵਿੱਚ ਲੱਗ ਚੁੱਕੀ ਸੀ ਔਰ ਲੋਕ ਇਹਦੀ ਜਿਹੜੀ ਲੋਕਪ੍ਰਿਤਾਵਾ ਉਹ ਗਾਂਧੀ ਨੂੰ ਵੀ ਜਿਹੜੀ ਉਹ ਟੱਕਰ ਦੇ ਰਹੀ ਸੀ ਇਹ ਉਹਨਾਂ ਨੇ ਲਿਖਿਆ ਔਰ 1968 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਇੱਕ ਡਾਕ ਟਿਕਟ ਜਾਰੀ ਕੀਤੀ ਜਾਂਦੀ ਉਹਨੂੰ ਤੁਸੀਂ ਕਹਿੰਦੇ ਹੋ ਅਤਵਾਦੀ ਆ ਅੱਗੇ ਆ ਜੋ ਜਿਹੜੇ ਕੋਰਟ ਦੇ ਅਨਸਾਰ ਤੁਸੀਂ ਬੇਲ ਲੈਂਦੇ ਹੋ ਅਪਲਾਈ ਕਰ ਕਰਕੇ ਜਿਹੜੇ ਵੀ ਕੇਸ ਨੇ ਜਿਨ੍ਹਾਂ ਦੇ ਬਾਰੇ ਮਤਲਬ ਉਹਦੇ ਉੱਤੇ ਤੁਸੀਂ ਵਿਸ਼ਵਾਸ ਰੱਖਦੇ ਹੀ ਹੋ ਨਾ ਜਦੋਂ ਉਹ ਉਹਦੇ ਕੋਲ ਬੇਲ ਮੰਗਦੇ ਹੋ ਆਪਣੇ ਕੇਸਾਂ ਦੇ ਵਿੱਚ 2007 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਜਿਹੜਾ ਮਿਊਜ਼ੀਅਮ ਦੀ ਸਥਾਪਨਾ ਕੀਤੀ ਆ ਉਹਦੇ ਵਿੱਚ ਜਿਹੜੇ ਲੈਂਡਮਾਰਕ ਕੇਸ ਸੀਗੇ ਦੇਸ਼ ਦੇ ਉਹ ਡਿਸਪਲੇ ਕੀਤੇ ਜਾਂਦੇ ਆ ਉਹ ਵਿਖਾਏ ਜਾਂਦੇ ਆ ਜਿਹੜਾ ਫਰਸਟ ਐਗਜ਼ੀਬਿਸ਼ਨ ਲਾਇਆ ਗਿਆ ਨਾ 2007 ਦੇ ਵਿੱਚ ਉਹ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ ਲਾਇਆ ਗਿਆ ਜਿੰਨੂੰ ਤੁਸੀਂ ਅਤਵਾਦੀ ਕਹਿ ਰਹੇ ਹੋ ਹੁਣ ਸੁਪਰੀਮ ਕੋਰਟ ਵੀ ਸਾਰੀ ਗਲਤ ਹੋ ਸਕਦੀ ਆ 2008 ਦੇ ਵਿੱਚ ਪਾਰਲੀਮੈਂਟ ਦੇ ਵਿੱਚ ਉਹਦਾ 18 ਫੁੱਟ ਉੱਚਾ ਬੁੱਤ ਲਾਇਆ ਜਾਂਦਾ 18 ਫੁੱਟ ਉੱਚਾ ਬੁੱਤ ਅੱਜ ਵੀ ਲੱਗਾ ਪਾਰਲੀਮੈਂਟ ਦੇ ਵਿੱਚ ਜਿੰਨੂੰ ਤੁਸੀਂ ਅਤਵਾਦੀ ਕਹਿ ਰਹੇ ਹੋ ਮੈਂ ਨਾ ਇਹ ਵੀ ਗੱਲਾਂ ਛੱਡ ਦਿਓ ਇੰਡੀਆ ਟੂਡੇ ਨਾਂ ਦਾ ਇੱਕ ਮੈਗਜ਼ੀਨ ਹੈ 2008 ਦੇ ਵਿੱਚ ਉਹ ਪੋਲਿੰਗ ਕਰਾਉਂਦਾ ਪੋਲਿੰਗ ਕਿ ਦੇਸ਼ ਦਾ ਸਭ ਤੋਂ ਵੱਡਾ ਹੀਰੋ ਕਿਹੜਾ ਹੈ ਗ੍ਰੇਟੈਸਟ ਇੰਡੀਅਨ ਮਾਨ ਜਿਹੜਾ ਭਾਰਤੀ ਆ ਉਹ ਸ਼ਹੀਦ ਭਗਤ ਸਿੰਘ ਨੂੰ ਵੋਟਾਂ ਪੈਂਦੀਆਂ 2 ਨੰਬਰ ਤੇ ਸੁਭਾਸ਼ ਚੰਦਰ ਬੌਸ ਆਉਂਦੇ ਨੇ 3 ਨੰਬਰ ਦੇ ਉੱਤੇ ਮਹਾਤਮਾ ਗਾਂਧੀ ਆਉਂਦੇ ਨੇ ਦੇਸ਼ ਦੇ ਕੋਨੇ-ਕੋਨੇ 'ਚ ਉਹਦੇ ਬੁੱਤ ਲੱਗੇ ਆ ਸੈਂਕੜੇ ਕਿਤਾਬਾਂ ਇਸ ਬੰਦੇ ਤੇ ਲਿਖੀਆਂ ਜਾ ਚੁੱਕੀਆਂ ਕਈਆਂ ਬੰਦਿਆਂ ਦੀ ਨਹੀਂ رائے ਮਿਲਦੀ ਹੋ ਸਕਦੀ ਪਰ ਬਹੁ ਗਿਣਤੀ ਲੋਕ ਤੇ ਉਹਦੇ ਨਾਲ ਨੇ ਨਾ ਇੱਕੋ ਇੱਕ ਸ਼ੀ, ਦਾਸ ਦੇਸ਼ ਦਾ ਜਿਹਨੂੰ ਦੁਨੀਆ ਭਰ ਦੇ ਵਿੱਚ ਲੋਕ ਪਸੰਦ ਕਰਦੇ ਆ ਤੇ ਤੁਸੀਂ ਉਹਨੂੰ ਮਤਲਬ ਅਤਵਦੀ ਕਹਿੰਦੇ ਹੋ। ਕਿਹੜਾ ਪੈਰਾਮੀਟਰ ਹੈ ਤੁਹਾਡੇ ਕੋਲ ਕਿਸੇ ਨੂੰ ਅਤਵਦੀ ਕਹਿਣ ਦਾ ਆਪਣੇ ਨਾਨੇ ਨੂੰ ਦੇਸ਼ ਭਗਤ ਕਹਿਣ ਦਾ? ਮਤਲਬ ਆਪਣੀ ਮਰਜ਼ੀ ਮਰਜ਼ੀ ਦੇ ਨਾਲ ਹੀ ਆ ਵੀ ਘਰ ਦੇ ਵਿੱਚ ਜੋ ਮਨ ਚ ਆਇਆ ਉਹ ਕਰ ਦਿੱਤਾ। ਉਹ ਸ਼ਹੀਦ ਭਗਤ ਸਿੰਘ ਜਿੰਨੇ ਇੱਕ ਕਾਲਜ ਛੱਡ ਦਿੱਤਾ ਸੀਗਾ ਕਿਉਂਕਿ ਉਹਨੂੰ ਗੋਰੇ ਚਲਾਉਂਦੇ ਸੀਗੇ ਤੇ ਤੁਸੀਂ ਜਿਸ ਸਬਦਾਨ ਨੂੰ ਗੱਲਾਂ ਕਰਦੇ ਰਹੇ ਉਸੇ ਦੇ ਸਕੂਲ ਦੇ ਵਿੱਚ ਐਡਮਿਸ਼ਨ ਲੈ ਲਈ ਤੁਸੀਂ 3-4 ਦਿਨ ਪਹਿਲਾਂ ਜਾ ਕੇ ਸੌ ਚੱਕੇ ਉਹਦੀ। ਜੇ ਤੁਸੀਂ ਨਹੀਂ ਮੰਨਦੇ ਸੀ ਸੰਵਿਧਾਨ ਨੂੰ ਤੇ ਫਿਰ ਤੁਹਾਡਾ ਪਹਿਲੀ ਗੱਲ ਭਾਰਤ ਦੇ ਸੰਵਿਧਾਨ ਦੇ ਅਨਸਾਰ ਚੋਣ ਲੜਨਾ ਹੀ ਨਹੀਂ ਸੀ ਮੰਦਾ ਜੇ ਤੁਸੀਂ ਲੜੀ ਹੈ ਤੇ ਆਪਣੀ ਪਹਿਲੀ ਮੰਗ ਤੁਹਾਡੇ ਪੈਰੋਕਾਰ ਵੀ ਕਹਿੰਦੇ ਸੀਗੇ ਕਿ ਅੰਦਰ ਜਾ ਕੇ ਖਾਲਿਸਤਾਨ ਮੰਗਣਗੇ ਕਿਹੜਾ ਤੁਸੀਂ ਅੰਦਰ ਖਾਲਿਸਤਾਨ ਮੰਗ ਲਿਆ ਸਪੀਕਰ ਨੂੰ ਜੋ ਮੇਰੇ ਸੁਣਨ ਚਾਹੁੰਦਾ ਇੱਕ ਬੰਦੇ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਉਹਨੂੰ ਤੁਸੀਂ ਚਿੱਠੀ ਲਿਖੀ ਕਿ ਮੈਨੂੰ ਗੁਪਤ ਤੌਰ ਤੇ ਸੌਂ ਚੁਕਾ ਦਿੱਤੀ ਜਾਵੇ ਜਿਹੜੀ ਲੋਕਾਂ ਨੂੰ ਪਤਾ ਨਾ ਲੱਗੇ ਉਹ ਵੀ ਇੱਕ ਨੰਬਰ ਦੇ ਸ਼ਤਾਨ ਨੇ ਭਾਜੀਪੀ ਵਾਲੇ ਸੌ ਤੇ ਉਹਨਾਂ ਤੁਹਾਨੂੰ ਕੈਬਨ ਚ ਚੁਕਾਈ ਤੇ ਬਾਹਰ ਸਾਰਾ ਕੁਝ ਹੀ ਤੁਹਾਡਾ ਨਸ਼ਰ ਕਰ ਦਿੱਤਾ ਵੀ ਮੈਂ ਭ ਜਿਹੜੀ ਆ ਹਿੰਦੁਸਤਾਨ ਦੀ ਉਹਦੇ ਚ ਸੰਵਿਧਾਨ ਚ ਨਿਸ਼ਠਾ ਰੱਖੂਗਾ ਦੇਸ਼ ਦੀ ਅਖੰਡਤਾ ਤੇ ਕੰਮ ਕਰੂਗਾ ਮਤਲਬ ਕੁਝ ਬੋਲਣ ਤੋਂ ਪਹਿਲਾਂ ਸੋਚੋ ਤੇ ਸਹੀ ਉਹਨੂੰ ਤੁਸੀਂ ਅਤਵਾਦੀ ਕਹਿੰਦੇ ਹੋ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਉਹ ਉਹਦੇ ਬਾਰੇ ਲੈਕਚਰ ਕਰਦੇ ਨੇ ਕਿ ਇਹਦਾ ਬਹੁਤ ਵੱਡਾ ਜਿਹੜਾ ਯੋਗਦਾਨ ਉਹ ਦੇਸ਼ ਦੀ ਯਾਦੀ ਦੇ ਵਿੱਚ ਸੀਗਾ ਤੇ ਤੁਸੀਂ ਉਹਨੂੰ ਕਹਿ ਰਹੇ ਹੋ ਵੀ ਸ਼ਹੀਦ ਭਗਤ ਸਿੰਘ ਜਿਹੜਾ ਉਹ ਅਤਵਾਦੀ ਸੀਗਾ ਹਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਸ਼ਹੀਦ ਭਗਤ ਸਿੰਘ ਅਤਵਾਦੀ ਸੀਗਾ ਅਤਵਾਦੀ ਸੀਗਾ ਉਹ ਅੰਗਰੇਜ਼ਾਂ ਲਈ ਜਿਨ੍ਹਾਂ ਦੇ ਨੱਕ ਚ ਉਹਨੇ ਦਮ ਕੀਤਾ ਸੀਗਾ ਸ਼ਹੀਦ ਭਗਤ ਸਿੰਘ ਸਾਡਾ ਸ਼ਹੀਦ ਸੀ ਰਹੇਗਾ ਅੱਜ ਮੈਂ ਸਾਰਾ ਸ਼ਹਿਰ ਜਿਹੜਾ ਉਹਦੇ ਹੋਲਡਿੰਗਸ ਦੇ ਨਾਲ ਭਰ ਦਿੱਤਾ ਕਿੱਥੋਂ ਕਿੱਥੋਂ ਦੀ ਫੋਟੋ ਲਾਉਗੇ ਲੋਕਾਂ ਦੇ ਘਰਾਂ ਚੋਂ ਦੀਆਂ ਫੋਟੋਆਂ ਨੇ ਲੋਕਾਂ ਦੇ ਮੋਬਾਈਲ ਚੋਂ ਦੀਆਂ ਫੋਟੋਆਂ ਨੇ ਮੈਂ ਬਾਕੀ ਪਾਰਟੀਆਂ ਵਾਲਿਆਂ ਨੂੰ ਵੀ ਕਹਿਣਾ ਚਾਹਨਾ ਹਰੇਕ ਪਾਰਟੀ ਨੇ 75 ਸਾਲਾਂ ਤੋਂ ਜਦੋਂ ਤੋਂ ਦੇਸ਼ ਯਾਦ ਹੋਇਆ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਹਰ ਇਲੈਕਸ਼ਨ ਦੇ ਵਿੱਚ ਸ਼ਹੀਦ ਭਗਤ ਸਿੰਘ ਦਾ ਸੁਪਨਾ ਵਿਖਾਉਂਦੇ ਨੇ ਲੋਕਾਂ ਨੂੰ ਤੇ ਹੁਣ ਕਿਉਂ ਘੁੰਗੜੀਆਂ ਪਾਲੀਆਂ ਮੂੰਹ ਦੇ ਵਿੱਚ ਤੁਸੀਂ ਹੁਣ ਤੁਹਾਡੇ ਚੋਂ ਕੋਈ ਵੀ ਨਹੀਂ ਬੋਲਦਾ ਔਰ ਮੈਨੂੰ ਇਹ 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 ਚੀਜ਼ ਦੇ ਉੱਤੇ ਜਦੋਂ ਦੀ ਸ਼ਹੀਦੀ ਦੇ ਉੱਤੇ ਸਵਾਲ ਹੋ ਰਹੇ ਆ ਤੇ ਕੋਈ ਬੋਲਣ ਨੂੰ ਤਿਆਰ ਨਹੀਂ ਯਾਰ ਮਤਲਬ ਸਾਰੀ ਕਾਂਗਰਸ ਮੈਂ ਕੱਲੇ-ਕੱਲੇ ਦੀ ਦੱਸ ਦੇਣਾ ਕਿ ਸਾਰੀ ਕਾਂਗਰਸ ਆਪਣੀ ਮੰਮੀ ਜਿਹੜੀ ਸੋਨੀਆ ਗਾਂਧੀ ਉਹਨੂੰ ਈਡੀ ਤੋਂ ਬਚਾਉਣ ਲਈ ਆ ਦੇਸ਼ ਭਰ ਦੇ ਵਿੱਚ ਮੁਜਾਰੇ ਕਰ ਰਹੀ ਆ ਤੇ ਭਗਤ ਸਿੰਘ ਬਾਰੇ ਕੋਈ ਨਹੀਂ ਬੋਲ ਰਿਹਾ ਜਿਹਦੇ ਬਾਰੇ ਮਤਲਬ ਇਹ ਸੌਹਾ ਖਾਂਦੇ ਨੇ ਜਿਹਦੇ ਨਾਂ ਤੇ ਵੋਟਾਂ ਮੰਗਦੇ ਨੇ ਜਦੋਂ ਚੰਨੀ ਮੁੱਖ ਮੰਤਰੀ ਬਣਿਆ ਤਾਂ ਉੱਥੇ ਬੜਾ ਲੰਬਾ ਚੌੜਾ ਲੇਖ ਲੇਕ ਕੇ ਆਇਆ ਕਿ ਜੇ ਮੈਂ ਕੋਈ ਗਲਤ ਕੰਮ ਕਰੂੰਗਾ ਤੇ ਮੈਨੂੰ ਲੱਗੂਗਾ ਕਿ ਸ਼ਹੀਦ ਭਗਤ ਸਿੰਘ ਮੈਨੂੰ ਵੇਖ ਰਿਹਾ ਵਾ ਕੀ ਸ਼ਹੀਦ ਭਗਤ ਸਿੰਘ ਤੁਹਾਨੂੰ ਵੋਟਾਂ ਮਿਲੇ ਯਾਦ ਆਉਂਦਾ ਆ ਸੁਖਬੀਰ ਬਾਦਲ ਆ ਪਿਛਲੇ ਦਿਨੀ ਜਿਸ ਦਾ ਕੰਮ ਉਸੀ ਕੋ ਸਾਜੇ ਬਾਦਲ ਸਾਹਿਬ ਗਾਣੇ ਗਾਗਾ ਕੇ ਜਸਟਨ ਬੀਬਰ ਬਣਿਆ ਫਿਰਦਾ ਵੀ ਪਤਾ ਨਹੀਂ ਕੀ ਮੈਂ ਲੋਕ ਆ ਉਹਨੂੰ ਆਪਣੇ ਵੱਲ ਮੋਹਤ ਕਰ ਲੂੰਗਾ ਸ਼ਹੀਦ ਭਗਤ ਸਿੰਘ ਦੇ ਉੱਤੇ ਤੁਹਾਡੇ ਲਫ਼ਜ਼ ਕਿਉਂ ਨਹੀਂ ਨਿਕਲਦੇ ਤੁਹਾਡੇ ਮੂੰਹ ਦੇ ਵਿੱਚੋਂ ਕੀ ਤੁਹਾਨੂੰ ਲੱਗਦਾ ਵੀ ਮਤਲਬ ਜਿਹੜੇ ਕਈ ਲੋਕ ਤੁਹਾਡਾ ਵਿਰੋਧ ਕਰਨਗੇ ਸੋਸ਼ਲ ਮੀਡੀਆ ਦੇ ਉੱਤੇ ਫਿਰ ਕੀ ਆ ਯਾਰ ਦੇਸ਼ ਦਾ ਸ਼ਹੀਦ ਹੈ ਜੇ ਉਹਦੇ ਬਦਲੇ ਚਾਰ ਗਾਲਾਂ ਵੀ ਲੈਣੀਆਂ ਪੈਂਦੀਆਂ ਤੇ ਲੈ ਲਓ ਮੈਨੂੰ ਸਮਝ ਤੋਂ ਪਰੇ ਆ ਇਹ ਦੋ ਪਾਰਟੀਆਂ ਤੇ ਛੱਡ ਦਿਓ ਆਮ ਆਦਮੀ ਪਾਰਟੀ ਜਿੰਨੇ ਸਾਰੀ ਸਰਕਾਰ ਜਿਹੜੀ ਆ ਸ਼ਹੀਦ ਭਗਤ ਸਿੰਘ ਦੀ ਪੱਗ ਬੰਨ ਕੇ ਪੀਲੀ ਪੱਗ ਬੰਨ ਕੇ ਉਹਦੀ ਫੋਟੋ ਲਾ ਕੇ ਆਪਣੀ ਸਰਕਾਰ ਬਣਾਈ ਉਹਨਾਂ ਦਾ ਸੌਹ ਚੁੱਕ ਜਿਹੜਾ ਸਮਾਗਮ ਹੈ ਉਹ ਵੀ ਖਟਕੜ ਕਲਾਂ ਜਿੱਥੇ ਸ਼ਹੀਦ ਭਗਤ ਸਿੰਘ ਦਾ ਮਿਊਜ਼ੀਅਮ ਹੈ ਉੱਥੇ ਰੱਖਿਆ ਜਾਂਦਾ ਔਰ ਉਥੋਂ ਜਿਹੜਾ ਪ੍ਰਣ ਲਿਆ ਜਾਂਦਾ ਕਿ ਪੰਜਾਬ ਦੀ ਰਾਖੀ ਕਰਾਂਗੇ ਪੰਜਾਬ ਦੀ ਰਾਖੀ ਤੇ ਤੁਸੀਂ ਬਾਅਦ ਚੋਂ ਕਰੋਗੇ ਯਾਰ ਜਿਹੜਾ ਸ਼ਹੀਦ ਆ ਜੇ ਉਹਦੇ ਉੱਤੇ ਕਿਸੇ ਨੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਦੀ ਰਾਖੀ ਤੇ ਤੁਸੀਂ ਪਹਿਲਾਂ ਕਰ ਲਓ ਜਿਸ ਭਗਤ ਸਿੰਘ ਦੀ ਫੋਟੋ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਨੇ ਹਰ ਦਫ਼ਤਰ ਦੇ ਵਿੱਚ ਲਾਈ ਆ ਸਰਕਾਰੀ ਦਫ਼ਤਰ ਦੇ ਵਿੱਚ ਤੇ ਉਹਨੂੰ ਕੋਈ ਬੰਦਾ ਅਤਵਾਦੀ ਕਹਿ ਜੇ ਤੇ ਉਹਨੂੰ ਕਹਿ ਕੇ ਤੁਹਾਨੂੰ ਉਹ ਮੂੰਹ ਚੜਾ ਰਿਹਾ ਤੇ ਫਿਰ ਕੀ ਗੱਲ ਜਿੰਨੇ ਸਰਕਾਰੀ ਅਫਸਰ ਨੇ ਉਹ ਸਾਰੇ ਅਤਵਾਦੀ ਨੇ ਜਿਹੜੇ ਸ਼ਹੀਦ ਭਗਤ ਸਿੰਘ ਦੀ ਫੋਟੋ ਲਾਈ ਫਿਰਦੇ ਨੇ ਤੁਸੀਂ ਆਪਣੇ ਹੀਰੋ ਦਾ ਤਮਾਸ਼ਾ ਵੇਖ ਰਹੇ ਹੋ ਆਮ ਆਦਮੀ ਪਾਰਟੀ ਵਾਲੇ ਸਿਰਫ ਵੋਟਾਂ ਵੇਲੇ ਤੁਹਾਨੂੰ ਉਹਦੀ ਯਾਦ ਆਉਂਦੀ ਸੀ ਤੇ ਉੱਥੇ ਸਮਾਗਮ 'ਚ ਜਦੋਂ ਸੌ ਚੌਕ ਸਮਾਗਮ ਸੀਗਾ ਉਹਦੇ ਨਾਂ ਦੇ ਉੱਤੇ ਤੁਸੀਂ ਲੱਖਾਂ ਦਾ ਇਕੱਠ ਕੀਤਾ ਅੱਜ ਸ਼ਹੀਦ ਭਗਤ ਸਿੰਘ ਦੇ ਖਿਲਾਫ ਜਿਹੜੇ ਬੋਲਣ ਵਾਲਿਆਂ ਦੇ ਉੱਤੇ ਨਾ ਤੁਸੀਂ ਕੋਈ ਕਾਰਵਾਈ ਤਾਂ ਦੂਰ ਤੁਹਾਡੇ ਮੂੰਹ ਦੇ ਵਿੱਚੋਂ ਤੋਂ ਲਫ਼ਜ਼ ਵੀ ਨਹੀਂ ਨਿਕਲ ਨਿਕਲ ਰਿਹਾ ਕੋਈ ਕੀ ਸ਼ਹੀਦ ਭਗਤ ਸਿੰਘ ਦੇ ਸਿਰਫ ਵੋਟਾਂ ਵੇਲੇ ਹੀ ਕੰਮ ਆਉਂਦਾ ਜਾਂ ਕਮਾਈ ਵੇਲੇ ਕੰਮ ਆਉਂਦਾ মিডিਆ ਆ ਇੰਨਾ ਜਿਹੜਾ ਮਤਲਬ ਫਿਲਮਾਂ ਬਣਦੀਆਂ ਨੇ মিডিਆ ਦੇ ਵਿੱਚ ਕਈ ਫਿਲਮਾਂ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਉੱਤੇ ਬਣੀਆਂ ਤੇ ਕਿੰਨਾ ਪੈਸਾ ਉਹਨਾਂ ਲੋਕਾਂ ਨੇ ਕਮਾਇਆ ਤੇ ਅੱਜ ਉਹਨਾਂ ਦੇ ਵਿੱਚੋਂ ਵੀ ਜਿਹੜੇ ਉਹ ਹੀਰੋ ਵੀ ਉਹਦੇ ਵਿੱਚ ਰਹੇ ਨੇ ਜਿਹੜੇ ਡਾਇਰੈਕਟਰ ਵੀ ਉਹਦੇ ਵਿੱਚ ਰਹੇ ਨੇ ਇੰਨਾ ਤਨਾ ਡਰੋ ਨਾ ਯਾਰ ਉਹਨੂੰ ਤੁਸੀਂ ਕੋਈ ਪੋਸਟ ਕਰਕੇ ਕੋਈ ਟਵੀਟ ਕਰਕੇ ਉਹ ਇੰਸਟਾਗ੍ਰam ਦੇ ਉੱਤੇ YouTube ਦੇ ਉੱਤੇ ਉਹਨੂੰ ਸ਼ਰਧਾਂਜਲੀ ਜਾਂ ਉਹਨੂੰ ਜੈ ਹਿੰਦ ਤੇ ਕਹੋ ਤੁਹਾਡੇ ਵਿੱਚ ਕਿਸੇ ਨੂੰ ਨਹੀਂ ਮਾੜਾ ਬੋਲਣ ਦੀ ਹਿੰਮਤ ਸਿਰਫ ਉਹਦੇ ਨਾਂ ਤੇ ਪੈਸੇ ਕਮਾਉਂਦੇ ਹੋ ਤੇ ਕੋਈ ਗੱਲ ਨਹੀਂ ਕੁਛ ਨਾ ਕੁਛ ਉਹਨੂੰ ਸ਼ਰਧਾਂਜਲੀ ਤੇ ਦੋ ਨਾ ਯਾਰ ਤੁਹਾਡੇ ਵਿੱਚੋਂ ਵੀ ਕੋਈ ਨਹੀਂ ਬੋਲ ਰਿਹਾ ਸੋ ਮੈਂ ਅਖੀਰ ਦੇ ਵਿੱਚ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਫਿਰ ਕਿਤੇ ਲੰਬਾ ਚੌੜਾ ਵਿਚਾਰ ਵੀ ਕਰਾਂਗੇ ਜੇ ਕਿਤੇ ਮਾਨ ਸਾਹਿਬ ਦੁਬਾਰਾ ਇਹੋ ਜਿਹਾ ਕੰਮ ਕਰਦੇ ਰਹੇ ਮੈਂ ਅਖੀਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਅਜੈਬ ਘਰ ਚੋਂ ਤੁਸੀਂ ਫੋਟੋ ਲਵਾਉਣ ਦੀ ਗੱਲ ਕੀਤੀ ਆ ਅਜਾਇਬ ਘਰਾਂ ਦੇ ਅਜਾਇਬ ਘਰ ਦੇ ਵਿੱਚੋਂ ਤੇ ਫੋਟੋ ਤੁਸੀਂ ਲਵਾ ਦਿਓਗੇ ਸ਼ਾਇਦ ਉਹ ਡਰਨਗੇ ਸ਼੍ਰੋਮਣੀ ਕਮੇਟੀ ਵਾਲੇ ਤੁਹਾਡੇ ਕੋਲੋਂ ਭਗਤ ਸਿੰਘ ਨੂੰ ਲੋਕਾਂ ਦੇ ਦਿਲਾਂ ਚੋਂ ਕਿਦਾਂ ਕੱਢੋਗੇ ਭਗਤ ਸਿੰਘ ਨੂੰ ਦੇਸ਼ ਦੇ ਕੋਨੇ-ਕੋਨੇ ਚੋਂ ਕਿਤਾ ਕੱਢੋਗੇ ਆ ਸਾਰਾ ਸ਼ਹਿਰ ਭਗਤ ਸਿੰਘ ਨਾਲ ਭਰ ਦਿੱਤਾ ਔਰ ਸਾਰੀ ਦੁਨੀਆ ਜਿੱਥੋਂ ਲੰਘ ਰਹੀ ਆ ਉਹਨੂੰ ਸਲੂਟ ਕਰਕੇ ਲੰਘ ਰਹੀ ਆ ਕਿੱਥੋਂ-ਕਿੱਥੋਂ ਸ਼ਹੀਦ ਭਗਤ ਸਿੰਘ ਨੂੰ ਕੱਢੋਗੇ ਸੋ ਸੱਤਾਧਾਰੀਆਂ ਦੇ ਨਾਲ ਸਿਆਸੀ ਜਿਹੜੀਆਂ ਆਪਣੀਆਂ ਵਿਰੋਧੀਆਂ ਜਾਰੀ ਰੱਖੋ ਦੇਸ਼ ਦੇ ਉੱਤੇ ਮਤਲਬ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਕਿ ਤੁਸੀਂ ਉਹਨੂੰ ਮਾੜਾ ਚੰਗਾ ਕਹੋਗੇ ਤੇ ਲੋਕ ਤੁਹਾਨੂੰ ਸੁਲਾਉਣਗੇ ਤੁਸੀਂ ਲੋਕਾਂ ਨੂੰ ਕਈ ਸਿਆਚ ਵੰਡ ਰਹੇ ਹੋ ਮੈਨੂੰ ਤੇ ਕਿਤੇ ਇਹ ਵੀ ਜਿਹੜੀ ਮਨਛਾ ਜਿਹੜਾ ਖਦਸ਼ਾ ਯਾਰ ਹੁੰਦਾ ਮੈਂ ਫਿਰ ਕਹਿੰਦਾ ਵੀ ਹਰ ਥਾਂ ਤੇ ਮੈਂ ਠੀਕ ਨਹੀਂ ਹੋ ਸਕਦਾ ਕਿ ਇਸ ਮੁੱਦੇ ਨੂੰ ਤੁਸੀਂ ਧਾਰਮਿਕ ਰੰਗਤ ਦੇ ਕੇ ਜਿਹੜਾ ਪੰਜਾਬ ਦਾ ਹੀਰੋ ਸੀਗਾ ਸੇਖੀ ਰੋਸ਼ੀਦ ਭਗਤ ਸਿੰਘ ਉਹਦੇ ਤੋਂ ਧਿਆਨ ਭਟਕਾ ਕੇ ਤੁਸੀਂ ਕਿਸੇ ਹੋਰ ਨੂੰ ਹੀਰੋ ਬਣਾਉਣਾ ਚਾਹੁੰਦੇ ਹੋ ਲੋਕਾਂ ਨੂੰ ਵੰਡ ਕੇ ਮਤਲਬ ਜਿਹੜੇ ਭਗਤ ਸਿੰਘ ਦੇ ਫਾਲੋਅਰ ਨੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਵੰਡ ਕੇ ਤੁਹਾਡਾ ਨਿਸ਼ਾਨਾ ਕਿਤੇ ਹੋਰ ਹੋ ਸਕਦਾ ਤੇ ਕਿਸੇ ਦੇ ਇਸ਼ਾਰਿਆਂ ਤੇ ਹੋ ਸਕਦਾ ਲੋਕਾਂ ਨੂੰ ਵੀ ਬਹੁਤਾ ਚਿਰ ਤੁਸੀਂ ਲੁਕਾ ਕੇ ਨਹੀਂ ਰੱਖ ਸਕਦੇ ਇਹਨਾਂ ਚੀਜ਼ਾਂ ਨੂੰ ਉਹਨਾਂ ਦੇ ਸਾਹਮਣੇ ਆ ਜਾਣੀਆਂ ਨੇ ਇਹਨਾਂ ਚੀਜ਼ਾਂ ਸ਼ਹੀਦ ਭਗਤ ਸਿੰਘ ਮੈਂ ਅਖੀਰ ਚ ਇੱਕ ਹੋ ਕਹੂੰਗਾ ਵੀ ਸਾਡਾ ਹੀਰੋ ਸੀ ਸਾਡੇ ਦੇਸ਼ ਦਾ ਸ਼ਹੀਦ ਸੀ ਔਰ ਦੇਸ਼ ਦਾ ਸ਼ਹੀਦ ਰਹੇਗਾ ਪਾਕਿਸਤਾਨ ਦੇ ਵਿੱਚ ਤੇ ਉਹਦਾ ਬੁੱਤ ਲੱਗਾ ਹੋਵੇ ਉਥੇ ਚੌਂਕ ਦਾ ਨਾਂ ਉਹਦੇ ਨਾਂ ਤੋਂ ਰੱਖਣ ਦੀ ਲੜਾਈ ਜਿਹੜੀ ਚੱਲ ਰਹੀ ਹੋਵੇ ਤੇ ਆਪਣੇ ਦੇਸ਼ ਦੇ ਵਿੱਚ ਤੁਸੀਂ ਉਹਨੂੰ ਅਤਵਾਦੀ ਕਹਿ ਰਹੇ ਹੋ ਤੁਹਾਡੀ ਮਨਛਾ ਕੀ ਹੈ ਸੋ ਮੈਂ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਜਿੰਨੇ ਵੀ ਅੱਜ ਬੋਰਡ ਲੱਗੇ ਨੇ ਔਰ ਲੋਕਾਂ ਨੇ ਵਾਕਿਆ ਹੀ ਉਹਨੂੰ ਸਤਕਾਰ ਦਿੱਤਾ ਜਿੱਥੇ-ਜਿੱਥੇ ਵੀ ਲੱਗੇ ਨੇ ਮੈਂ ਉਸ ਬੰਦੇ ਨੂੰ ਇਹ ਕਹਿ ਕੇ ਉਸ ਸ਼ਹੀਦ ਨੂੰ ਇਹ ਕਹਿ ਕੇ ਏ ਇਸ ਤਰ੍ਹਾਂ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ ਬਰਸ ਮੇਲੇ ਵਤਨ ਪਰ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ